ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਰਿਆਂ ਦਾ ਸਵਾਗਤ ਹੈ ਵੀਡੀਓ ਦੇ ਵਿੱਚ। ਅੱਜ ਆਪਾਂ ਗੱਲ ਕਰਾਂਗੇ 10 ਐਸੀਆਂ ਇੰਡੀਅਨ ਫਿਲਮਾਂ ਬਾਰੇ ਜਿਨ੍ਹਾਂ ਦੇ ਵਿੱਚ ਸਿੱਖ ਹਿਸਟਰੀ ਬਾਰੇ ਆਪਾਂ ਨੂੰ ਦੱਸਿਆ ਗਿਆ ਵਾ। ਸਿੱਖ ਹਿਸਟਰੀ ਦੇ ਉੱਤੇ ਬਣਨ ਵਾਲੀਆਂ 10 ਐਸੀਆਂ ਫਿਲਮਾਂ ਜੋ ਕਿ ਤੁਹਾਨੂੰ ਜ਼ਰੂਰ ਦੇਖਣੀਆਂ ਚਾਹੀਦੀਆਂ ਨੇ ਆਪਣੇ ਬੱਚਿਆਂ ਦੇ ਨਾਲ, ਆਪਣੀ ਫੈਮਿਲੀ ਦੇ ਨਾਲ। ਚਲੋ ਸਟਾਰਟ ਕਰਦੇ ਹਾਂ। ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਅਤੇ ਸਬਸਕ੍ਰਾਈਬ ਕਰ ਦਿਓ ਸਾਡੇ ਚੈਨਲ ਨੂੰ ਅਤੇ ਬੈਲ ਆਈਕਨ ਨੂੰ ਵੀ ਦਬਾ ਦਿਓ। 2014 ਵਿੱਚ ਫਿਲਮ ਪੰਜਾਬ 1984 ਰਿਲੀਜ਼ ਹੋਈ ਸੀਗੀ, ਜਿਹਦੇ ਵਿੱਚ ਦਲਜੀਤ ਦੋਸਾਂਝ ਨੇ ਲੀਡ ਕੀਤਾ ਸੀਗਾ। ਬਹੁਤ ਹੀ ਬਿਹਤਰੀਨ ਫਿਲਮ ਸੀਗੀ। ਦਲਜੀਤ ਦੋਸਾਂਝ ਦੀ ਉਹਦੇ ਵਿੱਚ ਪਰਫਾਰਮੈਂਸ ਜਸਟ ਆਊਟ ਆਫ ਦ ਸਟੇਡੀਅਮ ਸੀ। ਇਹ ਫਿਲਮ ਦੇ ਵਿੱਚ ਆਪਾਂ ਨੂੰ ਦਿਖਾਇਆ ਗਿਆ ਕਿਵੇਂ 1984 ਦੇ ਵਿੱਚ ਪੰਜਾਬ ਦੇ ਵਿੱਚ ਦੰਗੇ ਹੋਏ ਸੀ, ਕਿਵੇਂ ਕਿੰਨੇ ਲੋਕ ਇਸ ਚੀਜ਼ ਦੇ ਵਿੱਚ ਮਾਰੇ ਗਏ। ਸਾਰੀਆਂ ਚੀਜ਼ਾਂ ਤੁਹਾਨੂੰ ਇਹ ਫਿਲਮ ਦੇ ਵਿੱਚ ਦੇਖਣ ਨੂੰ ਮਿਲਣਗੀਆਂ। ਬਹੁਤ ਹੀ ਇੱਕ ਇਮੋਸ਼ਨਲ ਡਰਾਮਾ ਫਿਲਮ ਹੈਗੀ ਹੈ। 2014 ਵਿੱਚ ਇੱਕ ਹੋਰ ਮਾਸਟਰਪੀਸ ਰਿਲੀਜ਼ ਹੋਇਆ ਸੀ, ਚਾਰ ਸਾਹਿਬਜ਼ਾਦੇ, ਜੋ ਕਿ ਮੋਸਟ ਪ੍ਰੋਬਬਲੀ ਲੋਕਾਂ ਨੇ ਦੇਖੀ ਹੀ ਹੋਊਗੀ। ਇਹਦੇ ਵਿੱਚ ਆਪਾਂ ਨੂੰ ਦਿਖਾਇਆ ਗਿਆ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਾਰ ਪੁੱਤਰ, ਚਾਰ ਸਾਹਿਬਜ਼ਾਦੇ ਆਪਣੀ ਕੌਮ ਦੇ ਲਈ ਨਿਸ਼ਾਵਰ ਕਰ ਦਿੱਤੇ, ਕਿਵੇਂ ਚਾਰ ਸਾਹਿਬਜ਼ਾਦੇ ਬਿਲਕੁਲ ਵੀ ਨਹੀਂ ਡਰੇ ਮੌਤ ਤੋਂ। ਪੰਜਾਬ ਦੇ ਵਿੱਚ ਬਹੁਤ ਐਸੇ ਸਕੂਲ ਸੀ ਜਿਹੜੇ ਲੈ ਕੇ ਗਏ ਸੀਗੇ ਆਪਣੇ ਸਟੂਡੈਂਟਸ ਨੂੰ ਚਾਰ ਸਾਹਿਬਜ਼ਾਦੇ ਫਿਲਮ ਨੂੰ ਦਿਖਾਉਣ ਦੇ ਲਈ ਥੀਏਟਰਸ ਦੇ ਵਿੱਚ। ਬਿਜ਼ਨਸ ਵਿੱਚ ਅਗਰ ਦੇਖਿਆ ਜਾਵੇ, ਚਾਰ ਸਾਹਿਬਜ਼ਾਦੇ ਨੇ ਬਹੁਤ ਹੀ ਵਧੀਆ ਕਲੈਕਸ਼ਨ ਕੀਤੀ ਸੀਗੀ। ਇਹ ਫਿਲਮ ਦਾ ਬਜਟ ਸੀਗਾ 15 ਕਰੋੜ ਦਾ, ਉਸ ਟਾਈਮ ਦਾ ਬਹੁਤ ਹੀ ਵੱਡਾ ਬਜਟ ਸੀਗਾ। ਬਲਕਿ 2023 ਤੱਕ ਕੋਈ ਵੀ ਐਸੀ ਫਿਲਮ ਨਹੀਂ ਸੀ ਰਿਲੀਜ਼ ਹੋਈ ਜਿਹਦਾ ਬਜਟ 15 ਕਰੋੜ ਤੋਂ ਉੱਤੇ ਸੀਗਾ। ਬਟ 2023 ਦੇ ਵਿੱਚ ਦੋ ਐਸੀਆਂ ਫਿਲਮਾਂ ਆ ਗਈਆਂ ਜਿਨ੍ਹਾਂ ਦਾ ਬਜਟ ਇਸ ਤੋਂ ਵੀ ਵੱਧ, ਇਹ ਫਿਲਮ ਤੋਂ ਵੀ ਵੱਧ ਸੀਗਾ, ਜੋ ਕਿ ਸੀਗੀ ਕੈਰੀ ਓਨ ਜੱਟਾ 3, ਜਿਹਦਾ ਬਜਟ ਸੀ 16 ਕਰੋੜ ਦਾ, ਅਤੇ ਉਸ ਤੋਂ ਬਾਅਦ ਮੌਜਾਂ ਹੀ ਮੌਜਾਂ ਸੀਗੀ ਜਿਹਦਾ ਬਜਟ ਸੀ 17-18 ਕਰੋੜ ਦਾ। ਚਾਰ ਸਾਹਿਬਜ਼ਾਦੇ ਨੰਬਰ 4 'ਤੇ ਹੈ, ਚਾਰ ਸਾਹਿਬਜ਼ਾਦੇ 2 ਨੰਬਰ 3 'ਤੇ ਹੈ। ਕਲੈਕਸ਼ਨ ਇਹਨੇ ਫਿਲਮ ਨੇ ਕੀਤੀ ਸੀਗੀ ਲਗਭਗ 44 ਕਰੋੜ ਦੇ ਕਰੀਬ, ਅਤੇ ਇਹ ਫਿਲਮ ਓਵਰਸੀਜ਼ ਦੇ ਵਿੱਚ ਜੋ ਹੈ ਹੈਪੀ ਨਿਊ ਈਅਰ ਸ਼ਾਹਰੁਖ ਖਾਨ ਦੀ ਫਿਲਮ, ਇਹ ਫਿਲਮ ਦੇ ਨਾਲ ਰਿਲੀਜ਼ ਹੋਈ ਸੀਗੀ। 2 ਮਹੀਨੇ ਪਹਿਲਾਂ ਉਹ ਫਿਲਮ ਰਿਲੀਜ਼ ਹੋ ਗਈ ਸੀ ਅਕਤੂਬਰ ਦੇ ਵਿੱਚ, ਅਤੇ ਇਹ ਫਿਲਮ ਰਿਲੀਜ਼ ਹੋਈ ਸੀ ਨਵੰਬਰ ਦੇ ਵਿੱਚ। ਉਹ ਫਿਲਮ ਇੱਕ ਵੱਡੀ ਫਿਲਮ ਸੀ, ਇਸ ਕਰਕੇ ਉਹਨੂੰ ਓਵਰਸੀਜ਼ ਯਾਨੀ UK, ਆਸਟ੍ਰੇਲੀਆ, ਕੈਨੇਡਾ ਜਿਹੀਆਂ ਕੰਟਰੀਆਂ ਦੇ ਵਿੱਚ ਸਕਰੀਨਸ ਉਹਦੀ ਜ਼ਿਆਦਾ ਸੀਗੀ, ਉਹਦੀਆਂ ਸਕਰੀਨਸ ਉੱਤੋਂ ਅੱਧੀਆਂ ਸੀਗੀਆਂ। ਬਟ ਫਿਲਮ ਫਿਰ ਵੀ ਇਹ ਫਿਲਮ ਨੇ ਉਸ ਤੋਂ ਵੀ ਵਧੀਆ ਕਲੈਕਸ਼ਨ ਕਰਕੇ ਦਿਖਾਈ ਸੀਗੀ। ਇਹ ਫਿਲਮ ਨੇ ਇੰਡੀਆ ਵਿੱਚ ਵੀ ਬਹੁਤ ਹੀ ਬੇਹੱਦ ਵਧੀਆ ਕਲੈਕਸ਼ਨ ਕੀਤੀ ਸੀਗੀ। ਐਸੀਆਂ ਫਿਲਮਾਂ ਨੂੰ ਆਪਾਂ ਨੂੰ ਜ਼ਿਆਦਾ ਸਪੋਰਟ ਕਰਨਾ ਚਾਹੀਦਾ ਕਿ ਇਹੋ ਜਿਹੀਆਂ ਫਿਲਮਾਂ ਹੋਰ ਬਣਨ, ਅਤੇ ਬਹੁਤ ਡਿਫਰੈਂਟ ਕਾਇੰਡ ਆਫ ਸਿਨੇਮਾ ਹੁੰਦਾ ਹੈ ਅਤੇ ਬਹੁਤ ਡਿਫਿਕਲਟ ਹੁੰਦਾ ਹੈ ਐਜ਼ ਆ ਸਿਨੇਮਾ ਬਣਾਉਣਾ। ਜੇ ਤੁਸੀਂ ਇਹੋ ਜਿਹੀਆਂ ਫਿਲਮਾਂ ਨੂੰ ਬਣਾ ਵੀ ਲਓ, ਫਿਰ ਪਰਮਿਸ਼ਨਸ ਲੈਣੀਆਂ ਬਹੁਤ ਔਖੀਆਂ ਹੋ ਜਾਂਦੀਆਂ ਇਹੋ ਜਿਹੀਆਂ ਫਿਲਮਾਂ ਦੇ ਲਈ, ਫਿਰ ਮੋਸਟ ਪ੍ਰੋਬਬਲੀ ਫਿਲਮਾਂ ਬੈਨ ਕਰ ਦਿੱਤੀਆਂ ਜਾਂਦੀਆਂ। ਉਸ ਤੋਂ ਬਾਅਦ 2015 ਵਿੱਚ ਨਾਨਕ ਸ਼ਾਹ ਫਕੀਰ ਰਿਲੀਜ਼ ਹੋਈ ਸੀ ਫਿਲਮ। ਗੁਰੂ ਨਾਨਕ ਦੇਵ ਜੀ ਦੇ ਉੱਤੇ ਬੇਸਡ ਇਹ ਫਿਲਮ ਸੀਗੀ, ਬਟ ਇਹ ਫਿਲਮ ਨੂੰ ਬੈਨ ਕਰ ਦਿੱਤਾ ਗਿਆ ਸੀ। ਦੋ ਰੀਜ਼ਨ ਸੀਗੇ, ਕਿਉਂਕਿ ਭੈਣ ਨਾਨਕੀ ਜੀ ਅਤੇ ਭਾਈ ਮਰਦਾਨਾ ਜੀ ਨੂੰ ਇੱਕ ਹਿਊਮਨ ਕਰੈਕਟਰਸ ਨੇ ਇਹਨਾਂ ਦਾ ਰੋਲ ਪਲੇ ਕੀਤਾ ਸੀਗਾ, ਦੈਟਸ ਵਾਈ ਜੋ ਹੈ ਇਹ ਫਿਲਮ ਨੂੰ ਬੈਨ ਕਰ ਦਿੱਤਾ ਗਿਆ ਸੀ। ਜੇ ਤੁਸੀਂ ਇਹ ਫਿਲਮ ਦੇਖਣਾ ਚਾਹੁੰਦੇ ਤਾਂ ਯੂਟਿਊਬ ਦੇ ਉੱਤੇ ਫਿਲਮ ਪਈ ਆ, ਤੁਸੀਂ ਜਾ ਕੇ ਦੇਖ ਸਕਦੇ। 2016 ਵਿੱਚ ਚਾਰ ਸਾਹਿਬਜ਼ਾਦੇ Part 2 ਰਿਲੀਜ਼ ਹੋਇਆ ਸੀ, ਰਾਈਜ਼ ਆਫ ਬਾਬਾ ਬੰਦਾ ਸਿੰਘ ਬਹਾਦਰ, ਜੋ ਕਿ ਇੱਕ ਯੋਗੀ ਸੀਗੇ, ਕਿਵੇਂ ਉਹ ਖਾਲਸਾ ਪੰਥ ਵਿੱਚ ਆਏ, ਕਿਵੇਂ ਇਹ ਚੀਜ਼ਾਂ ਸਾਰੀਆਂ ਵਾਪਰੀਆਂ, ਤੁਹਾਨੂੰ ਇਹ ਫਿਲਮ ਵਿੱਚ ਦੇਖਣ ਨੂੰ ਮਿਲੂਗਾ। ਬਹੁਤ ਹੀ ਵਧੀਆ ਫਿਲਮ ਹੈ। ਇਹ ਫਿਲਮ ਦਾ ਬਜਟ ਸੀਗਾ 18 ਕਰੋੜ ਦਾ, ਯਾਨੀ 3 ਕਰੋੜ ਜ਼ਿਆਦਾ ਸੀਗੇ ਚਾਰ ਸਾਹਿਬਜ਼ਾਦੇ 1 ਤੋਂ, ਅਤੇ ਇਹ ਫਿਲਮ ਜੋ ਹੈ ਅੱਜ ਤੱਕ ਦੀ ਸਭ ਤੋਂ ਜ਼ਿਆਦਾ ਬਿਗ ਬਜਟ ਵਾਲੀ ਫਿਲਮ, 2024 ਤੱਕ ਦੀ ਇਹ ਸਭ ਤੋਂ ਜ਼ਿਆਦਾ ਵੱਡੀ ਬਿਗ ਬਜਟ ਵਾਲੀ ਪੰਜਾਬੀ ਫਿਲਮ ਹੈਗੀ ਆ। ਬਟ ਇਹਨੂੰ ਕ੍ਰੋਸ ਕਰ ਜਾਊਗੀ ਇੱਕ ਫਿਲਮ ਜੋ ਕਿ ਰਿਲੀਜ਼ ਹੋਣੀ ਹੈ ਇਸੇ ਸਾਲ ਹੀ, ਸ਼ੇਰਾਂ ਦੀ ਕੌਮ ਪੰਜਾਬੀ, ਗਿੱਪੀ ਗਰੇਵਾਲ, ਸੰਜੇ ਦੱਤ ਦੀ ਇਹ ਫਿਲਮ ਹੋਊਗੀ। ਬਹੁਤ ਇੰਟਰਸਟਿੰਗ ਟੌਪਿਕ ਲੱਗ ਰਿਹਾ ਫਿਲਮ ਦਾ। ਇਹ ਫਿਲਮ ਦਾ ਬਜਟ ਹੋਊਗਾ 20 ਕਰੋੜ ਦਾ। ਦੇਖਦੇ ਹਾਂ ਫਿਲਮ ਨੂੰ ਕਿੱਦਾਂ ਪ੍ਰੈਜੈਂਟ ਕੀਤਾ ਜਾਊਗਾ। ਜੇ ਇਹ ਫਿਲਮ ਵਧੀਆ ਹੋਈ, ਕੋਈ ਸ਼ੱਕ ਨਹੀਂ ਗਾ ਇਹ ਫਿਲਮ 100 ਕਰੋੜ ਦਾ ਅੰਕੜਾ ਵੀ ਪਾਰ ਕਰ ਸਕਦੀ ਹੈ, ਜੋ ਕਿ ਬਹੁਤ ਹੀ ਜ਼ਿਆਦਾ ਅੱਛੀ ਚੀਜ਼ ਹੋ ਗਈ ਆਪਣੀ ਪੰਜਾਬੀ ਇੰਡਸਟਰੀ ਦੇ ਲਈ। ਚਾਰ ਸਾਹਿਬਜ਼ਾਦੇ 2 ਨੂੰ ਕਈ ਜਗ੍ਹਾ 'ਤੇ ਦੱਸਿਆ ਜਾਂਦਾ ਕਿ ਬੈਨ ਕਰ ਦਿੱਤਾ ਗਿਆ ਸੀਗਾ, ਅਤੇ ਇਹਦੇ ਕਲੈਕਸ਼ਨ ਜੋ ਹੈ 18 ਕਰੋੜ ਤੋਂ 2-3 ਲੱਖ ਜ਼ਿਆਦਾ ਸੀਗੀ। ਸੋ ਇਹ ਫਿਲਮ ਨੂੰ ਬੈਨ ਕਿਉਂ ਕੀਤਾ ਗਿਆ ਸੀ, ਇਸ ਚੀਜ਼ ਦੀ ਤਾਂ ਕੋਈ ਇਨਫੋਰਮੇਸ਼ਨ ਹੈ ਨਹੀਂ ਗੀ। ਮੈਂ ਵੀ ਫਿਲਮ ਨੂੰ ਦੇਖਿਆ ਵਾ, ਕੁਛ ਮੈਨੂੰ ਇਹੋ ਜਿਹਾ ਤਾਂ ਨਹੀਂ ਗਲਤ ਦੇਖਿਆ ਫਿਲਮ ਦੇ ਵਿੱਚ ਜਿਹਦੇ ਕਰਕੇ ਇਹਨੂੰ ਬੈਨ ਕਰ ਦਿੱਤਾ ਹੋਊਗਾ। ਬਟ ਜੇ ਤੁਹਾਨੂੰ ਇਸ ਚੀਜ਼ ਦੀ ਇਨਫੋਰਮੇਸ਼ਨ ਹੈਗੀ ਆ ਤਾਂ ਡੂ ਲੈਟ ਮੀ ਨੋ ਇਨ ਦਾ ਕਮੈਂਟਸ। ਧਰਮਯੁੱਗ ਮੋਰਚਾ, ਇਸ ਫਿਲਮ ਵਿੱਚ ਦਿਖਾਇਆ ਜਾਂਦਾ ਹੈ ਸੰਤ ਜਰਨੈਲ ਸਿੰਘ ਜੀ ਦੀ ਸਟੋਰੀ ਬਾਰੇ, 1984 ਵਿੱਚ ਕਿਵੇਂ ਜਿਹੜੇ ਦੰਗੇ ਚੱਲ ਰਹੇ ਸੀ ਪੰਜਾਬ ਦੇ ਵਿੱਚ, ਉਹ ਚੀਜ਼ਾਂ ਕਿਵੇਂ ਵਾਪਰੀਆਂ, ਸਾਰੀਆਂ ਚੀਜ਼ਾਂ ਤੁਹਾਨੂੰ ਦਿਖਾਈਆਂ ਜਾਂਦੀਆਂ ਨੇ ਇਹ ਫਿਲਮ ਦੇ ਵਿੱਚ। ਗੋਲਡਨ ਟੈਂਪਲ ਹਰਿਮੰਦਰ ਸਾਹਿਬ ਜੀ ਦੇ ਉੱਤੇ ਕਿਵੇਂ ਅਟੈਕ ਹੋਇਆ,
ਕਿਵੇਂ ਇਹ ਸਾਰੀਆਂ ਚੀਜ਼ਾਂ ਹੋਈਆਂ ਅਤੇ ਕਿਹਨੇ ਕਰਾਈਆਂ ਕਿਵੇਂ ਕਰਾਈਆਂ ਸਾਰਾ ਕੁਛ ਇਹ ਤੁਹਾਨੂੰ ਇਹ ਫਿਲਮ ਦੇ ਵਿੱਚ ਦਿਖਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਗਈ ਹੈ। ਇਹ ਫਿਲਮ ਵੀ ਤੁਸੀਂ ਦੇਖ ਸਕਦੇ ਹੋ ਜਾ ਕੇ ਯੂਟਿਊਬ ਦੇ ਉੱਤੇ। 2019 ਦੇ ਵਿੱਚ ਫਿਲਮ ਕੇਸਰੀ ਰਿਲੀਜ਼ ਹੋਈ, ਜਿਹਦੇ ਵਿੱਚ ਆਪਾਂ ਨੂੰ ਅਕਸ਼ੇ ਕੁਮਾਰ ਦੇਖਣ ਨੂੰ ਮਿਲੇ। ਇੱਕ ਬਾਲੀਵੁੱਡ ਫਿਲਮ ਆ, ਜਿਵੇਂ ਕਰ ਬਾਲੀਵੁੱਡ ਫਿਲਮਾਂ ਹੁੰਦੀਆਂ ਨੇ ਉਵੇਂ ਤਾਂ ਨਹੀਂ ਗੀ, ਬਹੁਤ ਹੀ ਵਧੀਆ ਤਰ੍ਹਾਂ ਇਹ ਫਿਲਮ ਨੂੰ ਬਣਾਇਆ ਗਿਆ ਵਾ, ਬਹੁਤ ਹੀ ਰਿਸਪੈਕਟਫੁਲੀ ਸਿੱਖਾਂ ਨੂੰ ਦਿਖਾਇਆ ਵੀ ਗਿਆ ਹੈ ਫਿਲਮ ਦੇ ਵਿੱਚ। ਦਿਖਾਇਆ ਗਿਆ ਹੈ ਕਿਵੇਂ 21 ਸਿੱਖਾਂ ਨੇ ਜੋ ਹੈ 10,000 ਅਫਗਾਨੀਆਂ ਦੀ ਫੌਜ ਨਾਲ ਲੜਾਈ ਕੀਤੀ, ਕਿਵੇਂ ਯੁੱਧ ਇਹ ਹੋਇਆ। ਇਹਨੂੰ ਯੁੱਧ ਦਾ ਨਾਮ ਹੈਗਾ ਹੈ ਦਾ ਬੈਟਲ ਆਫ ਸਾਰਾ ਗਰਹੀ। ਇਹ ਫਿਲਮ ਦੇ ਵਿੱਚ ਤੁਹਾਨੂੰ ਦਿਖਾਇਆ ਜਾਊਗਾ ਸਿੰਘਾਂ ਦੀ ਪਾਵਰ ਦੇ ਬਾਰੇ, ਸਿੰਘਾਂ ਬਾਰੇ ਕਿ ਉਹ ਕਿਸੇ ਤੋਂ ਨਹੀਂ ਡਰਦੇ, ਚਾਹੇ 10 ਲੱਖ ਹੋਣ ਚਾਹੇ 50 ਲੱਖ ਚਾਹੇ ਜਿੰਨੀ ਮਰਜ਼ੀ ਫੌਜ ਹੋਵੇ, ਸਿੰਘ ਜਿੱਥੇ ਖੜ ਜਾਂਦੇ ਨੇ ਉੱਥੇ ਖੜ ਜਾਂਦੇ ਨੇ। ਬਹੁਤ ਹੀ ਵਧੀਆ ਫਿਲਮ ਆ। ਇਹ ਫਿਲਮ ਦੇ ਵਿੱਚ ਇੱਕ ਸੌਂਗ ਸੀ ਤੇਰੀ ਮਿੱਟੀ, ਜਿਹਨੂੰ ਬੀ ਬਰਾਕ ਨੇ ਗਾਇਆ ਸੀ, ਅੱਜ ਵੀ ਉਹ ਸੌਂਗ ਬਹੁਤ ਹੀ ਜ਼ਿਆਦਾ ਪਾਪੂਲਰ ਹੈ ਇਹ ਫਿਲਮ ਦਾ। 2019 ਵਿੱਚ ਫਿਲਮ ਦਾਸਤਾਨ ਇਹ ਮੇਰੀ ਪੀਰੀ, ਮੇਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉੱਤੇ ਇਹ ਫਿਲਮ ਹੈਗੀ ਆ। ਇਹ ਯੂਟਿਊਬ ਉੱਤੇ ਤੁਸੀਂ ਜਾ ਕੇ ਦੇਖ ਸਕਦੇ ਹੋ। ਐਨੀਮੇਟਡ ਫਿਲਮ ਆ, ਇੱਕ ਸ਼ਾਰਟ ਫਿਲਮ ਆਉਂਦੀ ਆ, ਆਗਾਜ਼ ਜੀ ਦਾ ਨਾਮ ਆ, ਬਾਬਾ ਗਰਜਾ ਅਤੇ ਬਾਬਾ ਬੂਟਾ ਸਿੰਘ ਜੀ ਦੇ ਉੱਤੇ ਫਿਲਮ ਹੈਗੀ ਆ। ਦੋ ਸਿੰਘ ਜਿਨ੍ਹਾਂ ਦੇ ਪਿੱਛੇ ਬਹੁਤ ਵੱਡੀਆਂ ਫੌਜਾਂ ਪਈਆਂ ਨੇ, ਇਹ ਫਿਲਮ ਵਿੱਚ ਉਹਨੂੰ ਦਿਖਾਇਆ ਜਾਂਦਾ ਹੈ। ਇੱਕ ਐਨੀਮੇਟਡ ਫਿਲਮ ਆ, 40-50 ਮਿੰਟ ਦੀ ਇਹ ਫਿਲਮ ਆ, ਤੁਸੀਂ ਜਾ ਕੇ ਯੂਟਿਊਬ ਉੱਤੇ ਦੇਖ ਸਕਦੇ ਹੋ। 2023 ਵਿੱਚ ਸਭ ਤੋਂ ਵੱਡੀ ਫਿਲਮ, 2023 ਦੇ ਹੀ ਨਹੀਂ ਪੂਰੀ ਪੰਜਾਬੀ ਇੰਡਸਟਰੀ ਦੀ ਬਹੁਤ ਵੱਡੀ ਫਿਲਮ, ਜਿਹਨੂੰ ਬਹੁਤ ਹੀ ਜ਼ਿਆਦਾ ਐਪਰੀਸ਼ੀਏਟ ਵੀ ਕੀਤਾ ਗਿਆ ਸਾਰਿਆਂ ਵੱਲੋਂ, ਬਹੁਤ ਹੀ ਬਿਹਤਰੀਨ ਫਿਲਮ ਹੈਗੀ ਆ, ਮਸਤਾਨੇ ਫਿਲਮ ਦਾ ਨਾਮ ਆ। ਤਰਸੇਮ ਜੱਸੜ, ਗੁਰਪ੍ਰੀਤ ਘੁੱਗੀ ਸਾਰੇ ਫਿਲਮ ਦੇ ਵਿੱਚ ਹੁੰਦੇ ਨੇ, ਬਹੁਤ ਹੀ ਡਿਫਰੈਂਟ ਕਰੈਕਟਰਸ ਹੁੰਦੇ ਨੇ ਫਿਲਮ ਦੇ। ਇਹਦੇ ਵਿੱਚ ਤੁਹਾਨੂੰ ਦਿਖਾਇਆ ਜਾਊਗਾ ਨਾਦਰ ਸ਼ਾਹ ਦੇ ਬਾਰੇ ਵੀ। OTT ਦੇ ਉੱਤੇ ਫਿਲਮ ਹੈਗੀ ਆ ਚੌਪਾਲ ਦੇ ਉੱਤੇ, ਮੈਂ ਤੁਹਾਨੂੰ ਬਹੁਤ ਜ਼ਿਆਦਾ ਰਿਕਮੈਂਡ ਕਰੂੰਗਾ ਇਹ ਫਿਲਮ ਨੂੰ ਦੇਖਣ ਦੇ ਲਈ। ਇਹ ਫਿਲਮ ਨੇ ਤਾਬੜ ਤੋੜ ਕਲੈਕਸ਼ਨ ਵੀ ਕੀਤੀ ਹੈਗੀ ਆ, 83 ਕਰੋੜ 86 ਕਰੋੜ ਦੀਆਂ ਨੇ ਜੋ ਹੈ ਲਗਭਗ ਕਲੈਕਸ਼ਨ ਕੀਤੀ ਹੈਗੀ ਆ ਵਰਲਡ ਵਾਈਡ ਦੇ ਵਿੱਚ, ਇੰਡੀਆ ਓਵਰਸੀਜ਼ ਹਰੇਕ ਜਗ੍ਹਾ 'ਤੇ ਇਹ ਫਿਲਮ ਨੇ ਵਧੀਆ ਕਲੈਕਸ਼ਨ ਕੀਤੀ ਹੈਗੀ ਆ। ਕੈਰਨ ਜੱਟਾ 3 ਜੋ ਕਿ ਸਭ ਤੋਂ ਜ਼ਿਆਦਾ ਕਮਾਉਣ ਵਾਲੀ ਫਿਲਮ ਆ ਪੰਜਾਬੀ ਇੰਡਸਟਰੀ ਦੀ, ਜਿਹਨੇ 102 ਕਰੋੜ ਦੀ ਕਲੈਕਸ਼ਨ ਕੀਤੀ ਆ। ਮੈਂ ਚਾਹੁੰਦਾ ਕਿ ਮਸਤਾਨੇ ਜੋ ਹੈ 100 ਕਰੋੜ ਦੀ ਕਲੈਕਸ਼ਨ ਵੀ ਕਰ ਜਾਂਦੀ ਨਾ, ਇਹ ਫਿਲਮ ਦੇ ਲਈ ਉਹ ਵੀ ਘੱਟ ਹੋਣੇ ਸੀਗੇ। ਇਹ ਫਿਲਮ 5 ਲੈਂਗੁਏਜਾਂ ਵਿੱਚ ਰਿਲੀਜ਼ ਹੋਈ ਸੀ, ਪਹਿਲੀ ਐਸੀ ਫਿਲਮ ਹੈ ਜਿਹੜੀ ਪੰਜਾਬੀ 5 ਲੈਂਗੁਏਜਾਂ ਵਿੱਚ ਰਿਲੀਜ਼ ਹੋਈ ਹੈ, ਯਾਨੀ ਪੈਨ ਇੰਡੀਆ ਨੂੰ ਰਿਲੀਜ਼ ਕੀਤਾ ਗਿਆ ਸੀ, ਸਾਊਥ ਨੌਰਥ ਹਰੇਕ ਜਗ੍ਹਾ 'ਤੇ ਫਿਲਮ ਨੂੰ ਰਿਲੀਜ਼ ਕੀਤਾ ਗਿਆ ਸੀ ਹਰੇਕ ਲੈਂਗੁਏਜ ਦੇ ਵਿੱਚ। ਬਹੁਤ ਹੀ ਵੱਡੀ ਗੱਲ ਹੈ ਪੰਜਾਬੀ ਇੰਡਸਟਰੀ ਦੇ ਲਈ। ਚੌਪਾਲ ਦੇ ਉੱਤੇ ਫਿਲਮ ਤੁਸੀਂ ਜਾ ਕੇ ਦੇਖ ਸਕਦੇ ਹੋ। OTT ਦੇ ਉੱਤੇ ਇਹਦਾ ਸੈੱਟ ਵੀ ਜੋ ਬਣਾਇਆ ਸੀਗਾ ਉਹਨਾਂ ਨੇ ਰਿਐਲਿਟੀ 'ਚ ਸੈੱਟ ਬਣਾਇਆ ਸੀ, ਜਿਵੇਂ ਜੇ ਤੁਸੀਂ ਬਾਹੂਬਲੀ ਵਰਗੀ ਫਿਲਮਾਂ ਦੇਖੀਆਂ ਨੇ, ਉਹ ਫਿਲਮਾਂ ਦੇ ਬਜਟ ਵੀ ਵੈਸੇ 150-200 ਕਰੋੜ ਦੇ ਹੁੰਦੇ ਆ, ਸੋ ਜੇ ਕੰਪੇਅਰ ਕਰ ਰਹੇ ਹੋ ਤਾਂ ਵਧੀਆ ਗੱਲ ਤਾਂ ਹੈ ਕਿ ਵੈਸੇ ਮੈਂ ਜੇ ਤੁਹਾਨੂੰ ਐਗਜ਼ਾਮਪਲ ਦੱਸ ਰਿਹਾ ਜਿਵੇਂ ਬਾਹੂਬਲੀ ਦਾ ਸੈੱਟ ਬਣਿਆ ਹੋਇਆ ਰਿਐਲਿਟੀ ਦੇ ਵਿੱਚ, ਵੈਸੇ ਹੀ ਇਹ ਫਿਲਮ ਦਾ ਵੀ ਸੈੱਟ ਜੋ ਹੈ ਰੀਅਲ 'ਚ ਬਣਾਇਆ ਗਿਆ ਸੀਗਾ, ਅਤੇ ਖੁਦ ਹੱਥਾਂ ਨਾਲ ਡਿਜ਼ਾਇਨ ਕੀਤਾ ਸੀਗਾ ਇਹਦੇ ਸੈੱਟ ਨੂੰ। ਰਾਹੁਲ ਦੇਵ ਵੀ ਨੇ ਜੋ ਕਿ ਨਾਦਰ ਸ਼ਾਹ ਦਾ ਕਰੈਕਟਰ ਪਲੇ ਕਰ ਰਹੇ ਨੇ ਇਹ ਫਿਲਮ ਦੇ ਵਿੱਚ। ਅੱਜ ਇਹ ਵੀਡੀਓ ਦੀ ਲਾਸਟ ਫਿਲਮ ਦਾਸਤਾਨ ਇਹ ਸਰਹੰਦ ਜੀ ਦੇ ਵਿੱਚ ਗੁਰਪ੍ਰੀਤ ਘੁੱਗੀ ਦੇਖਣ ਨੂੰ ਮਿਲਦੇ ਨੇ। ਇਹਦੇ ਵਿੱਚ ਆਪਾਂ ਨੂੰ ਰੀਅਲ ਲਾਈਫ ਵੀ ਦਿਖਾਇਆ ਜਾਂਦਾ ਹੈ ਅਤੇ 4 ਸਾਹਿਬਜ਼ਾਦਿਆਂ ਦੀ ਉੱਤੇ ਇਹ ਸਟੋਰੀ ਦੇ ਉੱਤੇ ਬੇਸਡ ਹੈਗੀ ਆ ਫਿਲਮ। ਬਟ ਇਹ ਫਿਲਮ ਨੂੰ ਬੈਨ ਕਰ ਦਿੱਤਾ ਗਿਆ ਵਾ ਕਿਉਂਕਿ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਇਹ ਫਿਲਮ ਦੇ ਵਿੱਚ ਆਪਾਂ ਨੂੰ ਕੁਝ ਕਰੈਕਟਰ ਇਹੋ ਜਿਹੇ ਦਿਖਾਏ ਗਏ ਨੇ। ਮੈਨੂੰ ਇਹ ਚੀਜ਼ ਦੀ ਐਕਚੁਅਲੀ ਪੂਰੀ ਨੌਲੇਜ ਤਾਂ ਹੈ ਨਹੀਂ ਗੀ, ਬਟ ਮੈਂ ਤੁਹਾਨੂੰ ਇੱਕ ਫੇਕ ਇਨਫੋਰਮੇਸ਼ਨ ਵੀ ਨਹੀਂ ਦੇਣਾ ਚਾਹੁੰਦਾ। ਜੇ ਤੁਹਾਨੂੰ ਇਸ ਚੀਜ਼ ਦਾ ਪਤਾ ਤਾਂ ਜ਼ਰੂਰ ਮੈਨੂੰ ਦੱਸਿਓ ਕਮੈਂਟਾਂ ਦੇ ਵਿੱਚ। ਕੁਝ ਇਸ ਰੀਜ਼ਨ ਕਰਕੇ ਫਿਲਮ ਨੂੰ ਬੈਨ ਕਰ ਦਿੱਤਾ ਗਿਆ ਸੀ। ਸੋ ਇਹ ਨੇ 10 ਫਿਲਮਾਂ ਜੋ ਕਿ ਤੁਸੀਂ ਦੇਖ ਸਕਦੇ ਹੋ ਆਪਣੀ ਫੈਮਿਲੀ ਦੇ ਨਾਲ ਵਿੱਚ, ਇੱਕ ਬਾਲੀਵੁੱਡ ਫਿਲਮ ਵੀ ਆ, ਬਾਕੀ ਸਾਰੀਆਂ ਆਪਣੀਆਂ ਪੰਜਾਬੀ ਫਿਲਮਾਂ ਨੇ। ਸੋ ਇਹ ਫਿਲਮਾਂ ਨੂੰ ਤੁਸੀਂ ਦੇਖ ਸਕਦੇ ਹੋ ਆਪਣੀ ਫੈਮਿਲੀ ਦੇ ਨਾਲ ਜ਼ਰੂਰ। ਲਾਸਟ ਤੱਕ ਦੇਖੀਏ ਤਾਂ ਜ਼ਰੂਰ ਵੀਡੀਓ ਨੂੰ ਲਾਈਕ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਬੈਲ ਆਈਕਨ ਦਬਾ ਦਿਓ। ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।